ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਫਾਸਟ ਵੇ ਸੰਦੇਸ਼। ਅੱਜ ਅਸੀਂ ਪਹੁੰਚਿਆ ਡਿਸਟ੍ਰਿਕਟ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਧਿਆਨਪੁਰ, ਜਿੱਥੇ ਕਿ ਨਰੇਸ਼ ਲਖਨਪਾਲ ਨਾਂ ਦਾ ਇੱਕ ਨੌਜਵਾਨ 9/7/2023 ਨੂੰ ਘਰ ਤੋਂ ਸ਼ਾਮੀ 4 ਵਜੇ ਕਿਸੇ ਦੋਸਤ ਨੂੰ ਉਹਨੇ ਕਿਹਾ ਕਿ ਮੈਂ ਕੋਟ ਦੀ ਸੂਰਤ ਮੱਲੀ ਜਾਣਾ ਕਿਸੇ ਕੰਮ ਵਾਸਤੇ। ਉਹਦੇ ਨਾਲ ਸ਼ਾਮੀ 4 ਵਜੇ ਗਿਆ, ਪਰ ਹਜੇ ਤੱਕ ਘਰ ਵਾਪਸ ਨਹੀਂ ਪਰਤਿਆ। ਸਾਡੇ ਨਾਲ ਪਰਿਵਾਰਕ ਮੈਂਬਰ ਮੌਜੂਦ ਹਨ, ਪ੍ਰਦੀਪ ਕੁਮਾਰ ਜੀ, ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਅੱਛਾ ਵੀਰ ਜੀ, ਤੁਹਾਡੇ ਬ੍ਰਦਰ ਨਰੇਸ਼ ਲਖਨਪਾਲ ਜੀ ਕੀ ਨਾਲ ਦੇ ਘਰੋਂ ਜਾ ਚੁੱਕੇ ਆ, ਕੀ ਕਾਰਨ ਬਣਿਆ ਸਰ? ਸਰ ਕਾਰਨ ਦਾ ਤਾਂ ਕੁਛ ਸਾਨੂੰ ਕੋਈ ਪਤਾ ਨਹੀਂ ਹੈਗਾ। ਹਾਂਜੀ, ਠੀਕ ਹੈ। ਸਾਡੇ ਮਤਲਬ 4:15 ਦੇ ਵਿੱਚ ਮਤਲਬ ਘਰੋਂ ਚੱਲ ਗਿਆ ਵਾ। ਕਿੱਥੇ ਗਿਆ ਘਰੋਂ? ਇੱਥੋਂ ਗਿਆ ਕੋਟਲੀ ਸੂਰਤ ਮੱਲੀ ਗਿਆ ਜੀ। ਇਹ ਸਾਡਾ ਕਜ਼ਨ ਹੀ ਲੱਗਦਾ ਸੀ ਅਤੇ ਉਹ ਆਇਆ ਸੀ, ਉਹਨੂੰ ਫੋਨ ਕੀਤਾ ਉਹਨੇ ਕਿ 2 ਮਿੰਟ ਮੇਰਾ ਕੋਟਲੀ ਕੰਮ ਹੈਗਾ ਅਤੇ ਮੈਨੂੰ ਕੋਟਲੀ ਤੱਕ ਮੈਨੂੰ ਛੱਡਿਆ। ਉਹ ਆ ਗਿਆ ਕੋਟਲੀ ਛੱਡਣ ਗਿਆ ਵਾ। ਬਾਅਦ 'ਚ ਚਲੋ ਜੀ, ਸਾਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਕਿਉਂਕਿ ਅਸੀਂ ਦੁਕਾਨਦਾਰ ਹਾਂ, ਅਸੀਂ ਦੁਕਾਨ 'ਤੇ ਹਾਂ। ਉਹ ਸ਼ਾਮੀ ਅਸੀਂ ਦੁਕਾਨਾਂ ਦੁਕਾਨਾਂ ਬੰਦ ਕਰਕੇ ਜਦੋਂ ਘਰ ਵਾਪਸ ਆਏ ਹਾਂ ਅਤੇ ਮੈਂ ਤਾਂ ਬਾਜ਼ਾਰ ਥੋੜ੍ਹਾ ਜਾਣਾ ਸੀ, ਮੈਂ ਬਾਜ਼ਾਰ ਗਿਆ ਅਤੇ ਉਹ ਮੰਮੀ ਜੀ ਸਾਡੀ ਚਾਚੀ ਜੀ ਜਿਹੜੇ ਆ ਉਹ ਸਾਨੂੰ ਰਾਹ 'ਚ ਮਿਲੇ ਅਤੇ ਉਹਨਾਂ ਨੇ ਸਾਨੂੰ ਕਿਹਾ ਕਿ ਨਰੇਸ਼ ਵੇਖਿਆ ਕਿਤੇ। ਉਹ ਮੈਂ ਕਿਹਾ ਚਲੋ ਇੱਥੇ ਹੋਊਗਾ, ਬਜਾਬ ਜੂ ਜਾਂ ਬੱਸ ਸਟੈਂਡ ਕੇ ਯਾਰਾਂ ਦੋਸਤਾਂ ਕੋਲ ਗਿਆ ਹੋਊਗਾ। ਮਤਲਬ ਉੱਥੇ ਗਏ ਅਤੇ ਉੱਥੇ ਹੈ ਨਹੀਂ ਉਹਦਾ, ਫਿਰ ਸੁੱਚ ਮਤਲਬ ਬੰਦ ਆਉਂਦਾ ਪਿਆ, ਫੋਨ ਕੀਤਾ ਸੁੱਚ ਬੰਦ ਆ ਰਿਹਾ ਸੀ। ਉਹ ਮੁੰਡਾ ਜਿਹੜਾ ਛੱਡ ਕੇ ਗਿਆ, ਫਿਰ ਉਹਨੂੰ ਪੁੱਛਿਆ ਕਿ ਮਤਲਬ ਉਹ ਮੇਰੇ ਕੋਲ ਆਇਆ ਖੁਦ ਆਪ, ਕਹਿੰਦਾ ਕੀ ਮਤਲਬ ਘੁੰਮਣ ਫਿਰਨ ਡੇ ਜੇ ਕੀ ਗੱਲਬਾਤ ਹੈ। ਮੈਂ ਕਿਹਾ ਨਰੇਸ਼ ਦਾ ਕੋਈ ਪਤਾ ਨਹੀਂ ਲੱਗਣ ਡਿਆ। ਉਹਨੇ ਕਿਹਾ ਕਿ ਨਰੇਸ਼ ਨਾ ਮੈਂ 4:15 ਦੇ ਵਿੱਚ ਨਾ ਨਰੇਸ਼ ਕੋਟਲੀ ਮਤਲਬ ਮੇਰੇ ਨਾਲ ਗਿਆ ਵਾ ਅਤੇ ਮੈਂ ਕੰਮ ਹੀ ਕੋਈ, ਕਹਿੰਦਾ ਪਤਾ ਨਹੀਂ, ਉਹ ਕਹਿੰਦਾ ਮੈਨੂੰ ਕੋਟਲੀ ਤੱਕ ਡਰੋਪ ਕਰਿਆ ਅਤੇ ਮੈਂ ਆਪੇ ਆ ਜਾਵਾਂਗਾ। ਉਹਨੇ ਫਿਰ ਪੁੱਛਿਆ ਵੀ ਹੈਗਾ ਭਾਅ ਜੀ ਵਾਪਸ ਹੀ ਜਾਣਾ ਜੇ, ਉਹ ਕਹਿੰਦਾ ਨਹੀਂ ਤੁਸੀਂ ਨਾ ਜਾਓ, ਮੈਂ ਆਪੇ ਆ ਜਾਂਦਾ ਵਾਂ। ਉਸ ਤੋਂ ਬਾਅਦ ਫਿਰ ਫੋਨ ਫਾਨ ਜਦੋਂ ਲਾਈਫ ਸੁੱਚ ਬੰਦ ਆਉਂਦਾ ਪਿਆ, ਅਸੀਂ ਬਥੇਰਾ ਭਾਲ ਭੁਲ ਕੀਤੀ, ਬਟਾਲੇ ਵੀ ਗਏ ਹਾਂ, ਫਿਰ ਕਲਾਨੋ ਸਾਈਡ ਵੱਲ ਮਤਲਬ ਬਥੇਰੀ ਭਾਲ ਕੀਤੀ ਪਰ ਨਹੀਂ, ਰਾਤੀ ਮਤਲਬ 11 ਲਾ ਲਓ 12:30 ਤੱਕ ਅਸੀਂ ਭਾਲ ਕਰਦੇ ਰਹੇ ਹਾਂ ਪਰ ਨਹੀਂ। ਸਰ ਕੋਈ ਦਿਮਾਗੀ ਹਾਲਤ ਦੀ ਕੋਈ ਪਰੇਸ਼ਾਨੀ ਚਾਹੇ ਕੋਈ ਟੈਨਸ਼ਨ ਤਾਂ ਨਹੀਂ ਉਹਨਾਂ ਨੂੰ? ਨਹੀਂ ਵੇਖੋ ਜੀ, ਦਿਮਾਗੀ ਹਾਲਤ ਬਿਲਕੁਲ ਉਹਦੀ ਠੀਕ ਵਾ, ਵਧੀਆ ਕੰਮ ਕਾਰ ਆਪਣਾ ਕਰਦਾ ਪਿਆ ਵਾ, ਘਰ ਬਾਰ ਵੀ ਚਲੋ ਉਹਦਾ ਬਹੁਤ ਵਧੀਆ ਵਾ, ਉਹ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਚਲੋ ਪਿੱਛੇ ਜੇ ਥੋੜ੍ਹਾ ਜਿਹਾ ਡਿਪਰੈਸ਼ਨ ਜਿਹਾ ਹੈਗਾ ਸੀ, ਉਹ ਤਾਂ ਕੋਈ ਚੱਕਰ ਨਹੀਂ, ਮਾੜਾ ਮੋਟਾ ਤੁਹਾਨੂੰ ਪਤਾ ਹਰੇਕ ਨੂੰ ਤਾਂ ਥੋੜ੍ਹੀ ਬਹੁਤੀ ਬਿਜ਼ਨਸ ਦੀ ਟੈਨਸ਼ਨ ਹੁੰਦੀ ਹੁੰਦੀ ਆ, ਤਾਂ ਚਲੋ ਉੱਦਾਂ ਕੋਈ ਨਹੀਂ, ਆਪਣਾ ਬਹੁਤ ਵਧੀਆ ਕੰਮ ਕਰਦਾ ਸੀ ਘਰ ਦਾ ਆਪਣਾ ਦੁਕਾਨ ਦਾ, ਕੋਈ ਇੱਦਾਂ ਕੋਈ ਚੱਕਰ ਹੀ ਨਹੀਂ ਕੋਈ। ਅਤੇ ਸਰ ਮਾੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਤੁਸੀਂ ਕਿ ਉਹਨਾਂ ਨੇ ਕੱਪੜੇ ਕਿਸ ਰੰਗ ਦੇ ਪਾਏ ਸੀਗੇ ਘਰ ਤੋਂ ਨਿਕਲ ਲੱਗਿਆ, ਅਸੀਂ ਫੋਟੋ ਵੀ ਸਕਰੀਨ 'ਤੇ ਮੈਨਸ਼ਨ ਕਰ ਦਾਂਗੇ ਅਤੇ ਤਾਂ ਜੋ ਕਿ ਕਿਸੇ ਵੀਰ ਨੂੰ ਪਤਾ ਲੱਗੇ, ਔਰ ਵੀਰਾਂ ਦਾ ਅਸੀਂ ਨੰਬਰ ਵੀ ਦੇਵਾਂਗੇ ਅਤੇ ਜਾਂ ਤਾਂ ਜੋ ਕਿ ਕਿਸੇ ਵੀਰ ਭਰਾ ਨੂੰ ਵੀਰ ਦੀ ਤੁਹਾਡੀ ਸੂਚਨਾ ਮਿਲੇ ਅਤੇ ਤੁਸੀਂ ਕੋਲ ਕੰਟੈਕਟ ਕਰ ਸਕਦੇ ਹੋ। ਅਤੇ ਸਰ ਕੱਪੜੇ ਕਿਹੜੇ ਕਲਰ ਦੇ ਪਾਏ? ਕੱਪੜੇ ਵੇਖੋ ਜੀ, ਰੈੱਡ ਕਲਰ ਦੀ ਟੀ ਸ਼ਰਟ ਪਾਈ ਉਹਨੇ, ਬਲੈਕ ਕਲਰ ਦਾ ਲੋਅਰ ਪਾਇਆ ਅਤੇ ਥੱਲੇ ਚੱਪਲਾਂ ਹੀ ਪਾਈਆਂ ਉਹਨਾਂ ਨੇ। ਹਾਂਜੀ, ਠੀਕ ਹੈ ਜੀ। ਅਤੇ ਹੋਰ ਸਰ ਕੋਈ ਕੀ ਨਾਲ ਲੈਂਦੇ ਪੁਲਿਸ ਪ੍ਰਸ਼ਾਸਨ ਤੋਂ ਤੁਸੀਂ ਕੋਈ FIR ਕਰਵਾਈ? ਹਾਂਜੀ, ਅਸੀਂ ਨਾ ਪੋਲੀ ਸੂਰਤ ਮੱਲੀ ਥਾਣੇ ਅਸੀਂ ਮਿਸਿੰਗ ਰਿਪੋਰਟ ਲਿਖਾਤੀ ਸੀ 10 ਤਰੀਕ ਨੂੰ। ਹੁਣ ਸਰ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ? ਪ੍ਰਸ਼ਾਸਨ ਵੇਖੋ, ਅਸੀਂ ਮੰਗ ਚਾਹੁੰਦੇ ਚਲੋ ਜੀ ਸਾਡਾ ਵੀਰ ਜਿੱਥੇ ਵੀ ਹੋਏ ਛੇਤੀ ਛੇਤੀ ਜੀ ਵਾਪਸ ਆ ਜਾਏ ਘਰ। ਠੀਕ ਹੈ ਜੀ, ਧੰਨਵਾਦ।